ਮਲੇਸ਼ੀਆਈ ਪੁਲਿਸ ਦੇ ਸਿੱਖ ਅਫਸਰ ਸਰਦਾਰ ਅਮਰ ਸਿੰਘ ਨੂੰ ਪੂਰੀ ਦੁਨੀਆ ਭਰ ਦੇ ਸਿੱਖ ਸਤਿਕਾਰ ਦਿੰਦੇ ਨੇ। ਸਰਦਾਰ ਅਮਰ ਸਿੰਘ ਨੇ ਇੱਕ ਹੋਰ ਮਾਰਕਾ ਮਾਰਿਆ ਜਿਸ ਲਈ ਹਰ ਸਿੱਖ ਹਰ ਪੰਜਾਬੀ ਮਾਣ ਮਹਿਸੂਸ ਕਰੇਗਾ। ਸਰਦਾਰ ਅਮਰ ਸਿੰਘ ਨੇ ਹੁਣ ਕਮਰਸ਼ੀਅਲ ਕ੍ਰਾਈਮ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਵਜੋਂ ਤਰੱਕੀ ਹਾਸਲ ਕੀਤੀ ਹੈ, ਜਿਸ ਦਾ ਅਹੁਦਾ ਉਹ 14 ਅਕਤੂਬਰ ਤੋਂ ਸੰਭਾਲਣਗੇ। ਸਰਦਾਰ ਅਮਰ ਸਿੰਘ ਮਲੇਸ਼ੀਆ ਦੇ ਪਹਿਲੇ ਸਿੱਖ ਪੁਲਿਸ ਅਫਸਰ ਨੇ ਜਿਨ੍ਹਾਂ ਨੂੰ ਡਾਇਰੈਕਟਰ ਦੇ ਵਕਾਰੀ ਅਹੁਦੇ 'ਤੇ ਬੁਕਿਤ ਅਮਨ ਵਿਖੇ ਤਾਇਨਾਤ ਕੀਤਾ ਜਾ ਰਿਹਾ। RMP ਭਾਵ ਰੋਇਲ ਮਲੇਸ਼ੀਅਨ ਪੁਲਿਸ ਦਾ ਹੈੱਡਕੁਆਰਟਰ ਬੁਕਿਤ ਅਮਨ ਵਿਖੇ ਹੈ। ਪਰਿਵਾਰ ਦੀ ਤੀਜੀ ਪੀੜ੍ਹੀ ਵਜੋਂ ਪੁਲਿਸ ਵਿੱਚ ਸੇਵਾ ਨਿਭਾ ਰਹੇ ਸਰਦਾਰ ਅਮਰ ਸਿੰਘ ਦਾ ਨਾਂ ਪੂਰੀ ਦੁਨੀਆ ਵਿੱਚ ਚਰਚਿਤ ਹੋਇਆ ਸੀ ਜਦੋਂ ਉਹਨਾਂ ਨੇ ਪੁਲਿਸ ਕਮਿਸ਼ਨਰ ਦੇ ਰੈਂਕ ਵਜੋਂ ਤਰੱਕੀ ਹਾਸਲ ਕਰਕੇ ਕੁਆਲਾਲੰਪੁਰ ਪੁਲਿਸ ਚੀਫ ਦਾ ਅਹੁਦਾ ਸੰਭਾਲਿਆ ਸੀ।